ਔਰ ਬਹੁਤ 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 ਵੱਡੀ ਜਿਹੜੀ ਹੈ ਨਾ ਜੀ ਮੈਂ ਅਪੀਲ ਕਰਦਾ ਪਿਆ ਵਾ, ਔਰ ਉਹ ਵਾਲਾ ਮਿਸਾਲਾ ਜਿਹੜਾ ਨਾ ਜੀ ਉਹ ਇਹਨਾਂ ਜੰਗਲਿਆਂ ਜੁੰਗਲਿਆਂ 'ਚ ਲਾ ਗਏ ਨੇ ਫਿਲਹਾਲ, ਇਹ ਜੰਗਲਾਂ ਉਹਨਾਂ ਨੇ ਫਿੱਟ ਨਹੀਂ ਸੀ ਸਹੀ ਕੀਤਾ। ਦੂਸਰੇ ਬਾਈ ਵੀ ਆ ਗਏ ਹੋਏ ਨੇ ਔਰ ਦੋਵਾਂ ਦਾ ਜਿਹੜਾ ਨਾ ਜੀ ਹੁਣ ਮੁਕਾਬਲਾ ਲੱਗ ਗਿਆ ਹੋਇਆ, ਧਾਰ ਜਿਹੜੀ ਹੈ ਨਾ ਇਹ ਲਾ ਕੇ ਜਾਣੀ ਉਹ ਕਹਿ ਰਹੇ ਨੇ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਪਰਵਰਦਿਗਾਰ ਦੀਆਂ ਰਹਿਮਤਾਂ ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ। ਤੁਸੀਂ ਆਖਣਾ ਹੈ ਕਿ ਦੁਪਹਿਰ ਦਾ ਟਾਈਮ ਹੈ, ਸੂਰਜ ਬਿਲਕੁਲ ਸਿਰ ਤੇ ਹੈ ਔਰ ਇਹ ਹੁਣ ਜਿਹੜਾ ਨਾ ਬਾਹਰ ਕੀ ਕਰਦੇ ਫਿਰਦੇ ਨੇ, ਬਸ ਹੋਰ ਕੋਈ ਕੰਟੈਂਟ ਨਹੀਂ ਸੀ ਮਿਲਦਾ ਪਿਆ ਤਾਂ ਅਸੀਂ ਆਖਿਆ ਵੀ ਬਾਹਰ ਜਾ ਕੇ ਥੋੜੀ ਜਿਹੀ ਐਕਟੀਵਿਟੀ ਜਿਹੜੀ ਹੈ ਨਾ ਉਹ ਆਪਣੇ ਭੈਣਾਂ ਭਾਈਆਂ ਨਾਲ ਸ਼ੇਅਰ ਕਰ ਲੈਂਦੇ ਹਾਂ। ਬੇਗਮ ਦੀ ਵੀਡੀਓ ਸ਼ੂਟ ਕਰਨੀ ਹੈ ਜਿੱਥੇ ਬਾਹਰ ਉਹ ਸ਼ੂਟ ਕਰਨੇ ਆ ਔਰ ਉਸ ਤੋਂ ਬਾਅਦ ਫਿਰ ਘਰ ਚੱਲਣੇ ਆ, ਔਰ ਇਹ ਵੀ ਸਾਡੇ ਨਾਲ ਹੀ ਆ ਗਈ ਹੈ ਕਿਉਂਕਿ ਇਹ ਘਰ ਫਿਰ ਇਕੱਲੀ ਰੋਕ ਨਹੀਂ ਸਕਦੀ ਤੇ ਬੱਚੇ ਜਿਹੜੇ ਇਹਨਾਂ ਦੋਵੇਂ ਸਕੂਲ ਗਏ ਹੋਏ ਨੇ। ਇਹਨੂੰ ਲੈ ਚਲੋ ਨਾ ਪਹਿਲਾਂ ਇਹਨੂੰ ਕਿਤੇ ਛਾਂ ਤੇ ਬਿਠਾਉਂਦੇ ਹਾਂ ਤੇ ਚਲੋ ਫਿਰ ਸ਼ੂਟ ਕਰੀਏ। ਬੇਗਮ ਸਾਹਿਬ ਇਹਨਾਂ ਵੀਡੀਓ ਸ਼ੂਟ ਕਰਕੇ ਘਰ ਆਏ ਆ, ਤਕਰੀਬਨ ਕੋਈ ਘੰਟਾ ਅੱਧਾ ਲੱਗਾ ਹੋਏਗਾ, ਇੰਨਾ ਜ਼ਿਆਦਾ ਟਾਈਮ ਵੀ ਨਹੀਂ ਲਾਇਆ ਛੋਟੀ ਜਿਹੀ ਵੀਡੀਓ ਸ਼ੂਟ ਕੀਤੀ। ਹਾਂ ਲਾ ਦਿਓ ਜੁੱਤੇ ਉਤਾਰ ਦਿਓ, ਔਰ ਯਕੀਨ ਕਰੋ ਨਾ ਤਿੰਨਾਂ ਦੀ ਹਾਲਤ ਟੈਟ ਹੋ ਗਈ ਆ, ਇੰਨੀ ਸ਼ਦੀਦ ਧੁੱਪ ਨਿਕਲੀ ਹੋਈ ਹੈ ਨਾ, ਬੰਦੇ ਕਹਿ ਰਹੇ ਸੀ ਸਰਦੀਆਂ ਨਹੀਂ ਜਾ ਰਹੀਆਂ ਸਰਦੀਆਂ ਨਹੀਂ ਜਾ ਰਹੀਆਂ, ਯਕੀਨ ਕਰੋ ਯਕਦਮ ਹੁਣ ਗਰਮੀਆਂ ਆ ਰਹੀਆਂ, ਇੰਨਾ ਤਾਂ ਪਤਾ ਲੱਗ ਜਾਣਾ ਕਿ ਹੁਣ ਗਰਮੀਆਂ ਵੀ ਆ ਗਈਆਂ ਨੇ। ਫਿਲਹਾਲ ਠੰਡਾ ਪਾਣੀ ਪੀ ਲਿਆ, ਜੇਕਰ ਤੁਸੀਂ ਵੀ ਪੀਂਦੇ ਦੱਸੋ ਬਿਸਮਿਲ੍ਲਾ ਮਿਲਦੀ ਪੀ। ਹਾਂਜੀ ਹੁਣ ਭਲਾ ਵੇਖੋਗਾ ਕਿਸ ਤਰ੍ਹਾਂ ਦਾ ਲੱਗਦਾ ਪਿਆ, ਮਾਸ਼ਾਅੱਲਾ ਮਾਸ਼ਾਅੱਲਾ ਕਿੰਨਾ ਖੂਬਸੂਰਤ ਲੱਗਦਾ ਪਿਆ ਜਿਸ ਤਰ੍ਹਾਂ ਹੁਣ ਬਣਨਾ। ਹਾਲੇ ਜਦੋਂ ਇਹਦੇ 'ਤੇ ਰੰਗ ਲੱਗਣਗੇ ਨਾ, ਮੁਖਤਲਿਫ ਜਿਹੜਾ ਡਿਜ਼ਾਇਨ ਬਣਿਆ ਕਲਾ ਇਹਦੇ 'ਤੇ ਰੰਗ ਲੱਗੇਗਾ ਨਾ, ਉਦੋਂ ਮਜ਼ੀਦ ਖੂਬਸੂਰਤ ਹੋਏਗਾ। ਔਰ ਇਹ ਵਾਲਾ ਵੀ ਜਿਹੜਾ ਹਿੱਸਾ ਹੈ ਨਾ ਇਹ ਵੀ ਹੁਣ ਥੱਲੋਂ ਪਲਸਤਰ ਹੁੰਦਾ ਪਿਆ, ਇਹ ਵੀ ਸਾਰਾ ਹੋ ਜਾਏਗਾ ਨਾ ਤਾਂ ਫਿਰ ਹੋਰ ਵੀ ਜ਼ਿਆਦਾ ਖੂਬਸੂਰਤ ਲੱਗੇਗਾ। ਨਾਲੇ ਜਦੋਂ ਪੈਡ ਸ਼ੈਡ ਹਟ ਜਾਏਗੀ ਨਾ, ਜਦੋਂ ਸਾਰਾ ਨਜ਼ਰ ਆਏਗਾ ਨਾ ਜੀ ਸਾਹਮਣੇ, ਉਸ ਟਾਈਮ ਸਫਾਈਆਂ ਸਫਾਈਆਂ ਹੋ ਜਾਣਗੀਆਂ ਨਾ ਔਰ ਪਲਸਤਰ ਵੀ ਮੁਕੰਮਲ ਏ ਟੂ ਜ਼ੈਡ ਹੋ ਜਾਏਗਾ ਨਾ, ਉਸ ਟਾਈਮ ਬਹੁਤ ਜ਼ਿਆਦਾ ਪਿਆਰਾ ਲੱਗੇਗਾ। 3 hours later subah da vlog jada hai na ji shuru kyun nahi kita, mehman aaye si pehle ek wari aaye baithe reya no chale gaye fir dobara mehman aaya hun gaye aa eh vekho idhar eh halat eh sade mehmana di aamad te assi jure kam karne aa hain bhai eh hi kam bande karde ne nahi eh surkhiyan bande inj launde ne hain aise karta banda koi ore vaad bachi hai ji jinnu na aisa nahi kiya ji uska naam faiza bulati hai na to wo usne kiya aur ye vaad bachi hai jisko ye dekhe na इसको गुदगुदी नहीं होती, जहाँ से मर्जी इसको छेड़ लो। ये देखो ये देखो ये देखो अगे सा रुस पी है, मैं इन मनाने की खातर इन गुदगुदी करता रहा, इन्हें आख्या तू जो मर्जी कर ला खा, मैं दसना ही नहीं ना है भाई, तो रुसी रही है तकरीबन कोई 15 मिनट इन्हें मुँह ही नहीं उतर चुका। मैं क्या तू हूने ये काम ना फड़, तो तू थोड़ी जी सियाने बोन है, चल मम्मा ले चलो ਤੁਸੀਂ ਘਰ ਚਲੋ ਬਾਹਰ ਧੋਪੇ ਤੇ ਮੈਂ ਜਿਹੜਾ ਨਾ ਆ ਰਿਹਾ ਹੈ, ਮੇਰੇ ਨੱਕ ਤੇ ਵੀ ਲੱਗ ਗਈ, ਚਲੋ ਕੋਈ ਨਹੀਂ ਖੈਰ। ਔਰ ਮਾਸ਼ਾਅੱਲਾ ਜੀ ਕੰਮ ਜਿਹੜਾ ਨਾ ਮੇਰਾ ਆਖਰੀ ਮਰਹਲੇ 'ਚ ਪਹੁੰਚਦਾ ਪਿਆ, ਉਹ ਵਾਲਾ ਹਿੱਸਾ ਤੇ ਸਮਝ ਲਓ ਨਾ ਬੈਲਟ ਪੂਰਾ ਹੋ ਗਿਆ ਉਤਲਾ, ਥੱਲੇ ਕਿਨਾਰੀ ਵੀ ਜਿਹੜੀ ਇਹਨਾਂ ਜੀ ਲੱਗ ਚੁੱਕੀ ਹੋਈ ਹੈ, ਔਰ ਮਾਸ਼ਾਅੱਲਾ ਵੇਖੋ ਕਿੰਨੀ ਖੂਬਸੂਰਤ ਲੱਗਦੀ ਪਈ ਹੈ। ਜਦੋਂ ਖੁਸ਼ਕ ਹੋਏਗਾ ਨਾ ਤੇ ਇੱਕੋ ਜਿਹਾ ਹੋ ਜਾਏਗਾ ਨਾ ਤੇ ਫਿਰ ਮਜ਼ੀਦ ਬਿਹਤਰ ਨਜ਼ਰ ਆਏਗਾ। ਹੁਣ ਇਹ ਵਾਲਾ ਹਿੱਸਾ ਜਿਹੜਾ ਨਾ ਜੀ ਬਾਈ ਹੋਰਾਂ ਨੇ ਕਰਨਾ, ਉਹਦੇ ਵਾਸਤੇ ਸੀਮਿੰਟ ਥੋੜਾ ਜਿਹਾ ਉਹਨਾਂ ਨੇ ਬਣਾ ਲਿਆ ਹੋਇਆ, ਇਹ ਵਾਲਾ ਪੱਟਾ ਕਰੇਗਾ, ਔਰ ਉਸ ਤੋਂ ਬਾਅਦ ਫਿਰ ਇਹ ਵਾਲਾ ਹਿੱਸਾ ਜਿਹੜਾ ਥੱਲੇ ਖਲੋਤਾ ਹੋਇਆ, ਇਹ ਵਾਲਾ ਇਹ ਜਾਲੀ ਦੇ ਨਾਲ ਨਾਲ ਦੀਵਾਰ ਜਿਹੜੀ ਨਜ਼ਰ ਆਉਂਦੀ ਪਈ ਇਹ ਆ, ਫਿਰ ਥੋੜਾ ਜਿਹਾ ਅੰਦਰ ਕੰਮ ਆ ਉਹ ਹੋਏ ਜਾ। ਮਜ਼ੀਦ ਕਿੰਨੀਆਂ ਦਿਹਾੜੀਆਂ ਹੋਰ ਲਾਣੀਆਂ ਨੇ ਜਾਂ ਲੱਗ ਜਾਣੀਆਂ ਨੇ? ਤਕਰੀਬਨ 3-4 ਦਿਹਾੜੀਆਂ ਪੱਕੀਆਂ, 3-4 ਦਿਹਾੜੀਆਂ ਪੱਕੀਆਂ ਨੇ, ਕਿਉਂਕਿ ਹਾਲੇ ਉੱਤੇ ਜੰਗਲੇ ਜਿਹੜੇ ਕੱਲ ਅਸੀਂ ਲਾਏ ਨੇ ਨਾ, ਉਹਨਾਂ ਜੰਗਲਿਆਂ ਨੂੰ ਵੀ ਪੱਕਾ ਕਰਨਾ। ਹੁਣ ਵੇਖੋ ਆ ਕੇ ਜਿਹੜਾ ਨਾ ਠੇਕੇਦਾਰ ਕਰਦੇ ਜਿਵੇਂ ਕੱਲ ਅਸੀਂ ਲਾਏ ਨੇ ਉਹ ਹੀ ਕਰੇਗਾ, ਜਾਂ ਫਿਰ ਇਹ ਕਰਦਾ ਇਹਨੂੰ ਅੱਲਾ ਬਿਹਤਰ ਜਾਣਦਾ, ਲੇਕਿਨ ਕੱਲ ਦੇ ਰੱਖੇ ਪਏ ਨੇ ਅਸੀਂ ਉਹ ਜਿਹੜੇ ਨਾ ਹਾਲੇ ਤੀਕਰ ਪੱਕੇ ਨਹੀਂ ਕੀਤੇ, ਉਹ ਵੀ ਪੱਕੇ ਕਰਨੇ ਨੇ ਤੇ ਕੰਮ ਹਾਲੇ ਮਤਲਬ 3-4 ਦਿਨ ਦਾ ਹੈ। 3-4 ਦਿਨ ਤੋਂ ਬਾਅਦ ਜਿਹੜੀਆਂ ਨਾ ਘਰ ਦੀਆਂ ਸਫਾਈਆਂ ਹੋਣੀਆਂ ਸ਼ੁਰੂ ਹੋ ਸਨ ਤੇ ਫਿਰ ਜਿਹੜਾ ਨਾ ਘਰ ਦੀ ਥੋੜੀ ਜਿਹੀ ਲੁੱਕ ਨਿਕਲੇਗੀ, ਫਿਰ ਇਨਸ਼ਾਅੱਲਾ ਮਹੀਨਾ ਇੱਕ ਠਹਿਰ ਕੇ ਨਾ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਰੰਗ ਮਾਰਨਾ ਸ਼ੁਰੂ ਕਰ ਦੇਣਾ ਵਾ, ਫਿਰ ਸਾਰਾ ਦਾ ਸਾਰਾ ਜਿਹੜਾ ਨਾ ਆਪਾਂ ਵਾਈਟ ਕਰ ਦੇਣਾ ਅੰਦਰੋਂ ਬਾਹਰੋਂ। ਔਰ ਇਹ ਵਾਲਾ ਹਿੱਸਾ ਜਿਹੜਾ ਹੈ ਉੱਤੇ ਡਿਜ਼ਾਈਨ ਬਣੇ ਹੋਏ ਨਾ, ਇਹਦੇ ਵਿੱਚ ਫਿਰ ਆਪਾਂ ਮੁਖਤਲਿਫ ਕਲਰ ਜਿਹੜੇ ਨਾ ਲਾਣੇ ਨੇ ਵੀ ਤਾਂ ਕਿ ਡਿਜ਼ਾਈਨ ਥੋੜਾ ਬਹੁਤ ਜਿਹੜਾ ਨਾ ਵਾਜ਼ਿਆ ਨਜ਼ਰ ਆਵੇ, ਇਸ ਵਜ੍ਹਾ ਤੋਂ ਕਿ ਇਹ ਨਾ ਹੋਵੇ ਕਿ ਸਾਰਾ ਜਿਹੜਾ ਨਾ ਚਿੱਟਾ ਚਿੱਟਾ ਨਜ਼ਰ ਆਵੇ ਤੇ
ਫਿਰ ਇਹਦਾ ਪਤਾ ਨਹੀਂ ਲੱਗਣਾ ਕਿ ਬਾਲੇ ਕਿੱਥੇ ਨੇ, ਜਰੀਆਂ ਕਿੱਥੇ ਨੇ, ਡਿਜ਼ਾਇਨ ਕਿੱਥੇ ਬਣਿਆ ਹੋਇਆ। ਉਹ ਮੁਖਤਲਿਫ ਕਲਰ ਹੋਣਗੇ ਨਾ ਤਾਂ ਦੂਰੋਂ ਪਤਾ ਲੱਗੇਗਾ। ਬਾਕੀ ਜੀ ਦੁਆ ਕਰਦੇ ਆ ਜੀ ਘਰ ਜਿਹੜਾ ਨਾ ਖੂਬਸੂਰਤ ਵੀ ਬਣ ਜਾਵੇ ਔਰ ਰਹਿਣਾ ਔਰ ਇਹਦੇ ਵਿੱਚ ਰੋਣਾ ਬਹਿਣਾ ਜਿਹੜਾ ਨਾ ਉਹ ਅੱਲਾਹ ਤਾਲਾ ਕਬੂਲ ਫਰਮਾਏ, ਨਸੀਬ ਕਰੇ, ਆਮੀਨ ਸੁਮਾ ਮੀਨ। ਔਰ ਮਹਿਮਾਨਾਂ ਦਾ ਆਉਣਾ ਜਾਣਾ ਵੀ ਜਿਹੜਾ ਨਾ ਲੱਗਾ ਰਹੇ, ਕਿਉਂਕਿ ਮਹਿਮਾਨ ਜਿਹੜੇ ਘਰ ਆਉਂਦੇ ਨੇ ਨਾ ਯਕੀਨ ਕਰੋ ਉਸ ਘਰ 'ਚ ਰਹਿਮਤ ਅੱਲਾਹ ਤਾਲਾ ਦੀ ਹਮੇਸ਼ਾ ਰਹਿੰਦੀ ਹੈ, ਬਰਕਤ ਵੀ ਅੱਲਾਹ ਤਾਲਾ ਦੀ ਹਮੇਸ਼ਾ ਰਹਿੰਦੀ ਹੈ। ਮਹਿਮਾਨ ਦੇ ਆਇਆ ਹੋਇਆ ਨਾ ਮੈਂ ਤਾਂ ਇਹ ਸਮਝਣਾ ਕਿ ਮਹਿਮਾਨ ਦੇ ਆਇਆ ਹੋਇਆ ਮੂੰਹ ਜਿਹੜਾ ਨਾ ਉਹ ਬੰਦੇ ਨੂੰ ਥੋੜ੍ਹਾ ਜਿਹਾ ਖੁਸ਼ਹਾਲ ਕਰ ਲੈਣਾ ਚਾਹੀਦਾ, ਡੀਂਗਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਲਾਹ ਤਾਲਾ ਨਾਰਾਜ਼ ਹੋ ਜਾਂਦਾ ਅਗਰ ਮਹਿਮਾਨ ਦੇ ਆਇਆ ਬੰਦਾ ਮੂੰਹ ਥੋੜ੍ਹਾ ਨਾ ਡੀਂਗਾ ਕਰੇ ਜਾਂ ਫਿਰ ਖਮਾਨ ਪਵਾਵਣੇ 'ਚ ਥੋੜ੍ਹੀ ਬਹੁਤ ਵੀ ਬੰਦਾ ਕੰਜੂਸੀ ਕਰੇ ਤਾਂ। ਔਰ ਇਹਨਾਂ ਵਾਲਾਂ ਦਾ ਕੰਮ ਵੇਖੋ ਜੀ, ਇਹਨਾਂ ਨੂੰ ਜਗ੍ਹਾ ਕਿਹੜੀ ਲੱਭੀ ਹੋਈ ਹੈ ਆਪਣੇ ਹੋਮਵਰਕ ਕਰਨ ਵਾਸਤੇ, ਉਹ ਵੈਂਟੀਲੇਸ਼ਨ 'ਚ ਵੜ ਗਏ ਨੇ, ਉੱਤੋਂ ਜਿਹੜੀ ਇਹਨਾਂ ਦੀ ਰੋਸ਼ਨੀ ਹੈ ਔਰ ਇੱਥੇ ਸਕੂਨ ਨਾਲ ਬੈਠਣ, ਇੱਥੇ ਹਵਾ ਵੀ ਲੱਗ ਰਹੀ ਹੈ ਨਾ, ਇੱਥੇ ਹਵਾ ਵੀ ਲੱਗਦੀ ਪਈ ਹੈ, ਇੱਥੇ ਬਿਲਕੁਲ ਸਕੂਨ ਮਾਹੌਲ ਆ। ਕਮਰੇ ਦੇ ਅੰਦਰ ਤਾਂ ਮਤਲਬ ਮੁੜ ਵੀ ਥੋੜ੍ਹੀ ਬਹੁਤ ਜਿਹੜੀ ਹੈ ਨਾ ਮਹਿਸੂਸ ਹੁੰਦੀ ਹੈ ਨਾ, ਅਤੇ ਦਰਵਾਜ਼ੇ ਦੇ ਸਾਹਮਣੇ ਜਾਂ ਅਤੇ ਵੈਂਟੀਲੇਸ਼ਨ 'ਚ ਬਹਿ ਜਾਈਏ ਅਤੇ ਫਿਰ ਜਿਹੜੀ ਹੈ ਨਾ ਕੋਈ ਨਹੀਂ ਮਹਿਸੂਸ ਹੁੰਦੀ, ਹਵਾ ਦੀ ਕ੍ਰਾਸਿੰਗ ਪੈ ਰਹੀ ਹੈ ਨਾ ਅਤੇ ਉੱਥੇ ਮਾਹੌਲ ਠੰਡਾ। ਬਿਲਾਲ ਵੀ ਨਾ ਉੱਧਰ ਬੈਠੇ ਨੇ ਨਾ ਕੁਰਸੀਆਂ ਟੇਬਲ ਪਾ ਕੇ, ਉਹ ਮੈਨੂੰ ਲਾਇਕ ਇਹ ਬਾਂਹ ਫੜ ਕੇ ਐਜ਼ ਅ ਫੈਜ਼ਾ, ਉਹ ਕਹਿੰਦੀ ਬਾਬਾ ਇਹ ਦੇਖੋ ਇਹ ਕਿਆ ਕਰਕੇ ਬੈਠੇ, ਦੋ ਤਿੰਨ ਵਾਰੀ ਉਹਨੇ ਮੱਥੇ ਤੇ ਹੱਥ ਮਾਰਿਆ ਨੇ ਕਿ ਇਹ ਦੇਖੋ ਇਹ ਕਿਆ ਕਰ। ਛਿਪਕਲੀ ਜਿਹੀ ਆ ਕੇ ਇੱਧਰ ਉਹਨੂੰ ਚੈੱਕ ਕਰੋ ਇਹਦਾ ਕੰਮ, ਫੈਜ਼ਾ ਸਿਆਣੀ ਬਣ ਡਿੱਗ ਸੇ, ਚੋਟ ਲੱਗ ਜਾਤੀ ਹੈ ਬੇਟਾ, ਚੋਟ ਲੱਗ ਜਾਤੀ ਹੈ, ਨਹੀਂ ਚੋਟ ਲੱਗ ਜਾਤੀ ਹੈ, ਐਸੇ ਚੋਟ ਲੱਗ ਜਾਤੀ ਹੈ, ਆਪਣਾ ਮੂੰਹ ਵੀ ਧੋ ਲਓ, ਅਬ ਸਾਫ ਹੋ ਜਾਓ ਮੂੰਹ ਕਰ, ਅਬ ਆਪਣਾ ਮੂੰਹ ਸਾਫ ਕਰ ਲਓ ਬੇਟੇ। ਹਾਂ ਦੋਨੋਂ ਬੈਠ ਗਏ, ਚਲੋ ਬੈਠੇ ਰਹਿੰਦੇ ਦੋ, ਕੰਮ ਕਰ ਰਹੇ ਹਾਂ। ਅੱਜ ਅਸੀਂ ਜੀ ਬਣਾ ਰਹੇ ਆ ਕੱਟਾ, ਇਹ ਪਤਾ ਕਿਸ ਖੁਸ਼ੀ ਚ ਬਣਦਾ ਪਿਆ? ਹਾਂ ਤੈਨੂੰ ਪਤਾ ਹੈ? ਨਹੀਂ, ਮੇਰੇ ਚੈਨਲ ਦੇ ਰਿਪਲਾਈ ਦਾ ਆਪਸ਼ਨ ਆ ਗਿਆ ਜੀ। ਅੱਛਾ, ਮੇਰਾ ਵਾਸ ਟਾਈਮ ਆ ਗਿਆ। ਅੱਗੇ ਦੱਸਿਆ ਬਿਲਾਲ ਤੇ ਤੈਨੂੰ ਵੇਖੀ ਨਹੀਂ ਤੂੰ? ਤੁਸੀਂ ਤੇ ਲਿਖਵਾਇਆ? ਨਹੀਂ ਮੈਂ ਨਹੀਂ ਵੇਖ, ਉਹਨੇ ਤਾਂ ਮੰਗੀਆਂ ਤੋੜ ਦਿੱਤੀਆਂ ਤਿੰਨਾਂ ਜਣਿਆਂ ਨੇ। ਅੱਛਾ, ਹਾਂ ਨੱਚ ਨੱਚ ਕੇ ਜਿਹੜਾ ਛੋਟਾ ਹੈ ਉਹ ਪਤਾ ਕੀ ਪਿਆਂਦਾ ਹੈ। ਥੈਂਕ ਯੂ ਆਂਟੀ। ਹੈਂ? ਅਲਹਮਦੁਲਿਲਾ ਜੀ, ਦੂਸਰੇ ਬਾਈ ਵੀ ਆ ਗਏ ਹੋਏ ਨੇ ਔਰ ਦੋਵਾਂ ਦਾ ਜਿਹੜਾ ਨਾ ਜੀ ਹੁਣ ਮੁਕਾਬਲਾ ਲੱਗ ਗਿਆ ਹੋਇਆ, ਧਾਰ ਜਿਹੜੀ ਹੈ ਨਾ ਇਹ ਲਾ ਕੇ ਜਾਣੀ ਉਹ ਕਹਿ ਰਹੇ ਨੇ ਜੀ, ਦੁਬਾਰਾ ਫਿਰ ਗੋ ਜਿਹੜੀ ਹੈ ਨਾ ਉੱਚੀ ਨਹੀਂ ਹੁੰਦੀ ਤਾਂ ਕਿ ਗੋ ਜਿਹੜੀ ਹੈ ਨਾ ਨੀਵੀਂ ਹੋ ਜਾਏਗੀ, ਔਰ ਉਸ ਤੋਂ ਬਾਅਦ ਫਿਰ ਥੱਲੇ ਵਾਲਾ ਕੰਮ ਜਿਹੜਾ ਨਾ ਉਹ ਸਟਾਰਟ ਹੋ ਜਾਏਗਾ। ਇਹ ਵੀ ਅੱਜ ਜਿਹੜੀ ਹੈ ਨਾ ਲੱਗ ਜਾਏਗੀ ਨਾ, ਔਰ ਉਤਲਾ ਉਤਲਾ ਬੈਲਟ ਸਾਡਾ ਜਿਹੜਾ ਨਾ ਮੁਕੰਮਲ ਮਤਲਬ ਪਰਦਾ ਜਿਹੜਾ ਨਾ ਤਕਰੀਬਨ ਮੁਕੰਮਲ ਹੋ ਜਾਏਗਾ, ਔਰ ਉਸ ਤੋਂ ਬਾਅਦ ਫਿਰ ਇਹ ਥੱਲੇ ਵਾਲਾ ਹਿੱਸਾ ਰਹਿ ਜਾਏਗਾ। ਇਹ ਹੁਣ ਉੱਥੇ ਤੀਕਰ ਧਾਰ ਜਿਹੜੀ ਹੈ ਨਾ ਲੱਗੇਗੀ, ਹਾਲੇ ਆ ਧਾਰ ਰਹਿੰਦੀ ਹੈ ਨਾ ਤੁਹਾਡੇ ਸਾਹਮਣੇ, ਇਹ ਲੱਗ ਚੁੱਕੀ ਹੋਈ ਹੈ। ਮਿਸਤਰੀ ਸਾਹਿਬਾਨ ਜਿਹੜੇ ਨਾ ਜੀ ਉਹ ਜਾ ਚੁੱਕੇ ਨੇ ਆਪਣਾ ਕੰਮ ਕਰਕੇ, ਥੋੜ੍ਹਾ ਜਿਹਾ ਉਹਨਾਂ ਦਾ ਮਸਾਲਾ ਬਚਿਆ ਸੀ ਔਰ ਉਹ ਵਾਲਾ ਮਸਾਲਾ ਜਿਹੜਾ ਨਾ ਜੀ ਉਹ ਇਹਨਾਂ ਜੰਗਲਿਆਂ ਜੁਗਲਿਆਂ 'ਚ ਲਾ ਗਏ ਨੇ, ਫਿਲਹਾਲ ਇਹ ਜੰਗਲਾਂ ਉਹਨਾਂ ਨੇ ਫਿੱਟ ਨਹੀਂ ਸੀ ਸਹੀ ਕੀਤਾ, ਇਹਨੂੰ ਫਿਰ ਮੈਂ ਪੱਟ ਕੇ ਨਾ ਦੁਬਾਰਾ ਇਹਦਾ ਸਾਰਾ ਇੱਕੋ ਜਿਹਾ ਸਾਈਜ਼ ਬਣਾਇਆ, ਉਸ ਤੋਂ ਬਾਅਦ ਇਹ ਮਸਾਲਾ ਮਸੂਲਾ ਜਿਹੜਾ ਨਾ ਉੱਖੜ ਗਿਆ, ਦੁਬਾਰਾ ਫਿਰ ਲਾਣ ਗਿਆ ਕਿ ਸੁਬਾਹ ਇਹ ਉਹਨਾਂ ਦੇ ਕੋਲ ਹੀ ਮੈਂ ਪੱਟਿਆ ਵਾ, ਉਹਨਾਂ ਤੋਂ ਪਿੱਛੇ ਨਹੀਂ ਪੱਟਿਆ, ਉਹਨਾਂ ਦੇ ਕੋਲ ਹੀ ਪੱਟਿਆ, ਮੈਂ ਕਿਹਾ ਤੁਸੀਂ ਸਹੀ ਫਿੱਟ ਨਹੀਂ ਕੀਤਾ। ਔਰ ਇਹ ਵਾਲਾ ਜਿਹੜਾ ਨੇ ਜੀ ਬਰਾਬਰ ਬਰਾਬਰ ਸਾਈਜ਼ 'ਤੇ ਪਿਆ ਹੋਇਆ, ਇਹਨੂੰ ਜਿਹੜਾ ਨਾ ਦੋ ਪਾਸੂ ਫਿੱਟ ਕਰ ਗਏ ਨੇ, ਜਿੰਨਾ ਕਿ ਉਹਨਾਂ ਕੋਲ ਮਸਾਲਾ ਆਇਆ ਸੀ ਤੇ ਦੋ ਪਾਸੂ ਹਾਲੇ ਰਹਿੰਦਾ, ਉਹ ਫਿਰ ਸੁਬਾਹ ਹੋ ਜਾਏਗਾ, ਸੁਬਾਹ ਕੁਛ ਸ਼ਾਮ ਨੂੰ ਮਸਾਲਾ ਬਚੇਗਾ ਤੇ ਉਹ ਇੱਥੇ ਲਾ ਦੇਣਗੇ, ਬਸ ਇਸ ਤਰ੍ਹਾਂ ਕਰਕੇ ਨਾ ਕੰਮ ਹੌਲੀ ਹੌਲੀ ਇਹ ਵੀ ਹੋ ਜਾਏਗਾ। ਔਰ ਇਹ ਵਾਲਾ ਫਰੰਟ ਵਾਲਾ ਕੰਮ ਮਾਸ਼ਾਅੱਲਾ ਜਿਹੜਾ ਨਾ ਜੀ ਸਾਰਾ ਹੋ ਗਿਆ, ਸਿਰਫ ਇਹ ਵਾਲੀਆਂ ਧਾਰਾਂ ਜਿਹੜੀਆਂ ਨਾ ਇਹ ਰਹਿੰਦੀਆਂ ਨੇ, ਤੇ ਮੇਰਾ ਦਿਲ ਕਰਦਾ ਪਿਆ ਵੀ ਮੈਂ ਇਹ ਆਪ ਹੀ ਧਾਰਾਂ ਜਿਹੜੀਆਂ ਨਾ ਇਹ ਲਾ ਦੇਵਾਂ, ਢਾਈ ਇੱਕ ਧਾਰਾਂ ਬਣਦੀਆਂ ਨੇ, ਬਲਕਿ ਡੇਢ ਬਣਦੀ ਹੈ, ਡੇਢ ਲੱਗੀ ਹੋਈ ਆ,
ਡੇਢ ਬਣਦੀ ਆ। ਇਹ ਉਤਲੀ ਦੀ ਧਾਰ ਲੱਗੀ ਹੋਈ ਆ, ਅੱਧੀ ਇਹ ਲੱਗੀ ਹੋਈ ਆ, ਅੱਧੀ ਇਹ ਰਹਿੰਦੀ ਆ ਔਰ ਇੱਕ ਇਹ ਰਹਿੰਦੀ ਆ। ਮੇਰਾ ਦਿਲ ਕਰਦਾ ਪਿਆ ਵੀ ਇਹ ਮੈਂ ਹੀ ਲਾ ਦੇਵਾਂ ਬਜਾਏ ਕਿ ਉਹ ਇਸ ਚੀਜ਼ ਨੂੰ ਜਿਹੜਾ ਨਾ ਵੇਖਦੇ ਰਹਿਣ, ਮੈਂ ਲਾ ਦਿੰਦਾ ਅਗਰ ਮੇਰੇ ਕੋਲ ਲੱਗ ਗਈਆਂ ਤਾਂ। ਮਿਸਾਲਾ ਥੋੜ੍ਹਾ ਜਿਹਾ ਬਚਿਆ ਪਿਆ, ਕੋਸ਼ਿਸ਼ ਕਰਾਂਗਾ। ਹਾਲੇ ਇੱਥੇ ਲੱਗਾ ਫਿਰਨਾ, ਮੈਂ ਤਾਂ ਆਖਿਆ ਤੂੰ ਘਰ ਵੀ ਪਹੁੰਚ ਗਿਆ ਹੋਣਾ। ਕੀ ਕਰਨਾ ਉੱਤੇ? ਸਹੀ ਹੋ ਗਿਆ। ਚਲੋ ਜੀ, ਇਹ ਵਾਲੀ ਜਿਹੜੀ ਇਹਨਾਂ ਦੀ ਦਾਰ ਸ਼ਾਰ ਸਾਰੀ ਲੱਗੀ ਹੋਈ ਹੈ, ਹੁਣ ਥੱਲੇ ਵਾਲਾ ਕੰਮ ਇਹਨਾਂ ਦੇ ਦੀਵਾਰ ਦਾ ਰਹਿ ਗਿਆ। ਸੁਬਾ ਦੀ ਦਿਹਾੜੀ 'ਚ ਉਮੀਦ ਹੈ ਬਾਹਰਲਾ ਬਾਹਰਲਾ ਹਿੱਸਾ ਜਿਹੜਾ ਇਹਦਾ ਸਾਰਾ ਕਵਰ ਹੋ ਜਾਏਗਾ। ਹਾਂ ਹਾਂ, ਬੋਲ ਬੋਲ। ਹਾਂ, ਮਿਸਤਰੀ ਸਾਹਿਬ ਹਾਂ। ਹਾਂ, ਤੂੰ ਮਿਸਤਰੀ ਸਾਹਿਬ ਹੈ, ਬਿਲਕੁਲ ਗਰੀਬ ਮਿਸਤਰੀ। ਔਰ ਸੁਬਾ ਜਿਹੜਾ ਨਾ ਜੀ ਬਾਰ ਬਾਰ ਵਾਲਾ ਕੰਮ, ਤਾਂ ਉਮੀਦ ਹੈ ਸਾਰਾ ਖਿੱਚੀ ਜਾਏਗਾ। ਐਵੇਂ ਹੀ ਐ ਵੇਖ ਲਓ ਕਿਤੇ ਗਈ ਸ਼ਬਾਦ। ਸ਼ਬਾਦ ਇੱਥੇ ਸਾਰੀ ਰਾਤ ਇਦੂ ਗੱਡੀਆਂ ਛੱਡੀਆਂ ਉਰਾਂ ਪਰ ਸਾਰਾ ਉੱਡ ਜਾਣ। ਡੱਕਣ ਕੀ ਉਹਨਾਂ ਲਿਆਉਣੀਆਂ ਨੇ ਦੋਵੇਂ? ਇਹ ਮੈਂ ਚਾਹ ਕੇ ਉੱਤੇ ਦਾਰਾ ਲਾ ਦੇਵਾ। ਉਹ ਮਿਸਾਲਾ ਤੇ ਦਾਰਾ ਲੱਗਣਾ ਜਸਨ ਦੇ ਨਾਲ ਉਤਲੀਆਂ। ਮੈਂ ਕੋਸ਼ਿਸ਼ ਤੇ ਕਰ ਸਾ, ਨਾ ਲੱਗੀ ਤੇ ਡਾਹ ਛੱਡ ਸਾ। ਚਲੋ ਮੈਂ ਕੋਈ ਸਾਫ ਲੈਣਾ। ਚਲੋ ਠੀਕ, ਹਾਂ ਇੱਥੇ ਹੀ ਬਣਨਾ ਸੀ। ਚਲੋ ਠੀਕ ਹੈ ਜੀ, ਮਿਸਤਰੀ ਸਾਹਿਬ ਜਾ ਰਹੇ ਨੇ। ਇੱਕ ਸੋਲਰ ਪਲੇਟ ਅਸੀਂ ਉਤਾਰ ਰੱਖੀ ਹੋਈ, ਇੱਕ ਸੋਲਰ ਪਲੇਟਾਂ ਜਿਹੜੀਆਂ ਇੰਨਾ ਥੱਲੇ ਰੱਖੀਆਂ ਹੋਈਆਂ ਨੇ, ਕਿਉਂਕਿ ਮੈਨੂੰ ਬਾਰ ਬਾਰ ਬਾਹਰ ਲਿਜਾਣੀਆਂ ਪੈਂਦੀਆਂ ਨੇ, ਤਾਂ ਮੈਂ ਕਿਹਾ ਛੱਤ 'ਤੇ ਨਹੀਂ ਰੱਖਦੇ ਆ ਇਹਨੂੰ, ਜਿਹੜਾ ਨਾ ਇੱਥੇ ਰੱਖ ਦਿੰਦੇ ਹਾਂ। ਸੁਬਾਹ ਜਿਹੜੀ ਇੰਨਾ ਬਾਹਰ 'ਚ ਰੱਖੀਆਂ, ਸਾਰਾ ਦਿਨ ਅਸੀਂ ਇੱਥੇ ਹੀ ਹੁੰਦੇ ਹਾਂ। ਸੁਬਾਹ ਬਾਹਰ 'ਚ ਰੱਖੀਆਂ ਔਰ ਸ਼ਾਮ ਨੂੰ ਜਿਹੜਾ ਨਾ ਚਾਹ ਕੇ ਅੰਦਰ 'ਚ ਰੱਖੀ। ਦੋ ਜਿਹੜੇ ਇੰਨਾ ਜੀ ਗਾਰਡਰ ਮੇਰੇ ਕੋਲ ਪਏ ਹੋਏ ਨੇ, ਇੱਕ ਹੈ ਗਾਰਡਰ, ਇੱਕ ਹੈ ਗਾਰਡਰ। ਇਹ ਅੱਗੇ ਇੱਕ ਸੀ ਗਾਰਡਰ ਮੇਰਾ, ਇੱਕ ਮੇਰੇ ਕੋਲ ਕਿਸੇ ਦਾ ਪਿਆ ਹੋਇਆ ਸੀ। ਉਹ ਸਾਹਮਣੇ ਜਿਹੜੀਆਂ ਨਾ ਨੀਹਾਂ ਬਣੀਆਂ ਹੋਈਆਂ, ਉਸ ਬੰਦੇ ਨੇ ਰੱਖਿਆ ਹੋਇਆ ਸੀ। ਪੂਰਾ ਸਾਲ ਹੋ ਗਿਆ ਮੇਰੇ ਹੱਲ ਪਿਆ ਹੋਇਆ। ਕੱਲ ਉਹ ਮੇਰੇ ਕੋਲ ਆਇਆ, ਕਹਿੰਦਾ ਵੀ ਗਾਰਡਰ ਜਿਹੜਾ ਨਾ ਮੈਂ ਵੇਚਣਾ, ਜੇ ਅਗਰ ਤੂੰ ਲੈਣਾ ਤੇ ਤੂੰ ਲੈ ਲਾ, ਨਹੀਂ ਤੇ ਫਿਰ ਮੈਂ ਗਾਰਡਰ ਲੈ ਕੇ ਜਾ ਰਿਹਾ, ਇਹਨੂੰ ਮੈਂ ਵੇਚ ਕੇ ਨਾ ਤੇ ਮੈਂ ਕੋਈ ਹੋਰ ਕੰਮ ਕਰਨਾ। ਮੈਂ ਆਖਿਆ ਵੀ ਤੂੰ ਮੁੱਲ ਲਾ ਦਿੰਦਾ। ਉਹਨੇ ਫਿਰ ਮੈਨੂੰ ਮੁੱਲ ਦੱਸਿਆ, ਉਹਦੇ ਨਾਲ ਬਾਰਗੇਨਿੰਗ ਕਰਕੇ ਨਾ ਇਹ ਵੀ ਕੱਲ ਲੈ ਲਿਆ। ਹੁਣ ਦੋਵੇਂ ਗਾਰਡਰ ਜਿਹੜੇ ਨਾ ਜੀ ਆਪਣੇ ਹੋ ਗਏ ਨੇ। ਉਮੀਦ ਤਾਂ ਹੈ ਪਿੱਛੇ ਵੀ ਕੰਮ ਸਾਡੇ ਆ ਸਕਦੇ ਨੇ, ਪਿੱਛੇ ਅਸੀਂ ਜਿਹੜਾ ਵਿਲੇਜ ਪੁਆਇੰਟ ਬਣਾਉਣਾ, ਉੱਥੇ ਵੀ ਸਾਡੇ ਗਾਰਡਰ ਕੰਮ ਆ ਸਕਦੇ ਨੇ ਦੋਵੇਂ। ਔਰ ਅਗਰ ਉੱਥੇ ਨਾ ਕੰਮ ਆਏ, ਉੱਥੇ ਅਸੀਂ ਕੋਈ ਹੋਰ ਹਿਸਾਬ ਕਿਤਾਬ ਲਾਇਆ, ਤੇ ਫਿਰ ਇਹ ਸਾਡੇ ਉੱਤੇ ਛੱਤ ਦੇ ਜਿਹੜੀ ਅਸੀਂ ਮਮਟੀ ਵਗੈਰਾ ਬਣਾਉਣੀ ਹੈ ਨਾ, ਉੱਥੇ ਕੰਮ ਦੇ ਜਾਸਣ। ਉੱਤੇ ਵੀ ਸਾਡੇ ਦੋ ਵਾਸ਼ਰੂਮ ਬਣਨੇ ਨੇ, ਹੋ ਸਕਦਾ ਸ਼ਾਇਦ ਉਤਲੇ ਦੋਵਾਂ ਵਾਸ਼ਰੂਮਾਂ ਦੇ ਉੱਤੇ ਨਾ ਇੱਕ ਗਾਰਡਰ ਕਟਾ ਕੇ ਦੋਵਾਂ ਦੀ ਛੱਤ ਬਣਾ ਦੇਈਏ, ਕਿਉਂਕਿ ਉਹਦੇ ਉੱਤੇ ਤਾਂ ਬਹੁਤ ਹੀ ਮੁਸ਼ਕਿਲ ਹੈ ਜੇ ਕਦੀ ਉੱਤੇ ਤੀਸਰੀ ਮੰਜ਼ਿਲ ਬਣਾਈਏ। ਵੈਸੇ ਦੂਸਰੀ ਤਾਂ ਹੁਣ ਬਣਾਉਣੀ ਹੈ, ਮੈਂ ਜਲਦੀ ਬਣਾਉਣੀ ਹੈ, ਕਿਉਂਕਿ ਨਕਸ਼ਾ ਜਿਹੜਾ ਨਾ ਜੀ ਮੇਰਾ ਆਊਟ ਹੋ ਜਾਂਦਾ। ਦੋਵੇਂ ਘਰ ਜਿਹੜੇ ਇੰਨਾ ਡਬਲ ਸਟੋਰੀ ਨੇ, ਤੇ ਅਲਹਮਦੁਲਿਲਾ ਆਪਾਂ ਵੀ ਇੱਕ ਅੱਧਾ ਕਮਰਾ ਉੱਤੇ ਬਣਾ ਕੇ ਨਾ ਤੇ ਡਬਲ ਸਟੋਰੀ ਬਣਾ ਲੈਣਾ। ਫਿਲਹਾਲ ਤੇ ਮੈਂ ਸੋਲਰ ਪਲੇਟਾਂ ਜਿਹੜੀ ਇੰਨਾ ਜੀ ਅੰਦਰ ਰੱਖ ਦਿੱਤੀਆਂ ਨੇ। ਇਰਾਦਾ ਤਾਂ ਮੇਰਾ ਆਇਆ ਸੀ ਕਿ ਜਿਹੜਾ ਮਿਸਾਲਾ ਸਾਰੇ ਕੋਲ ਬਚਿਆ ਪਿਆ ਨਾ, ਥੋੜਾ ਜਿਹਾ ਮੈਂ ਉੱਤੇ ਜਾ ਕੇ ਧਾਰਾਂ ਲਾ ਦੇਵਾਂ ਆਪ, ਲੇਕਿਨ ਫਿਰ ਮੈਨੂੰ ਯਾਦ ਆਇਆ ਕਿ ਉਹਨੂੰ ਜਿਹੜਾ ਨਾ ਪਾਣੀ ਲਾਉਣਾ ਪੈਣਾ, ਪਾਣੀ ਤੋਂ ਬਗੈਰ ਧਾਰਾਂ ਨਹੀਂ ਲੱਗਣੀਆਂ। ਔਰ ਅਗਰ ਪਾਣੀ ਲਾਇਆ ਨਾ ਤੇ ਜਿਹੜਾ ਇਹ ਥੱਲੇ ਮਿਸਾਲਾ ਲਾਇਆ ਨਾ, ਇਹ ਸਾਰਾ ਖਰਾਬ ਹੋ ਜਾਣਾ ਜਿਹੜਾ ਹੁਣੇ ਹੁਣੇ ਲਾ ਕੇ ਗਏ ਆ। ਇਸ ਵਜ੍ਹਾ ਤੂੰ ਹੁਣ ਨਹੀਂ ਲੱਗ ਸਕਦੀਆਂ, ਸੁਬਾ ਸੁਬਾ ਲੱਗ ਸਕਦੀਆਂ ਨੇ। ਸੁਬਾ ਸੁਬਾ ਭਾਵੇਂ ਮੈਂ ਆਪ ਬਹਿ ਕੇ ਲਾ ਦੇਸਾਂ ਤੇ ਭਾਵੇਂ ਮਿਸਤਰੀ ਲਾ ਦੇਸੀ, ਉਹਨਾਂ ਦੇ ਕੋਲ ਲਾਵਾਂਗਾ ਵੀ ਅਗਰ ਕੋਈ ਥੋੜੀ ਬਹੁਤ ਕਮੀ ਪੇਸ਼ੀ ਹੋਏਗੀ ਵੀ ਤੇ ਉਹ ਕੱਢ ਦੇਣਗੇ। ਉਹ ਮੈਂ ਧਾਰਾਂ ਲਾ ਲੈਸਾਂ ਤਾਂ ਕਿ ਉਹ ਕੋਈ ਹੋਰ ਕਰ ਲੈ ਸੀ, ਬਜਾਏ ਕਿ ਉੱਥੇ ਘੰਟਾ ਡੇਢ ਮਿਸਤਰੀ ਤੇ ਲੱਗੇਗਾ। ਫੈਜ਼ਾ, ਹੈਲੋ, ਮੈਂ ਤੈਨੂੰ ਕੁੱਟਣਾ, ਤੈਨੂੰ ਮੈਂ ਦੱਸ ਲਵਾਂ, ਛੱਡ ਦੇ, ਚੱਲ ਚੱਲ ਕਰ, ਲੈ ਚੱਲ ਇਹਨੂੰ, ਇਹਨੇ ਕੱਪੜੇ ਸਾਪੜੇ ਛੰਡ ਕੇ ਨਾ ਮੂੰਹ ਧੋ ਕੇ ਤੈਨੂੰ ਚੱਲ ਮੰਜੀ ਤੇ ਪਿਵਾ, ਚੱਲ 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 ਚੱਲ, ਸ਼ਾਬਾਸ਼, ਲੈ ਜਾਓ ਇਸਕੋ।
ਨਿੱਕੀ ਜੀ ਹੈ ਸਾਰੀ ਦਿਹਾੜੀ ਜਿਹੜਾ ਨਾ ਖਪਾਈ ਰੱਖਦੀ ਸਾਰਾ ਦਿਨ। ਅੱਛਾ ਜੀ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਜਿਹੜੀ ਹੈ ਨਾ ਜੀ ਮੈਂ ਕਰਨੀ ਹੈ, ਇੰਡੀਆ ਤੋਂ ਇੱਕ ਮੇਰੀ ਬਹੁਤ ਹੀ ਪਿਆਰੀ ਸਿਸਟਰ ਹੈ, ਬਹੁਤ ਹੀ ਪਿਆਰੀ ਸਿਸਟਰ ਹੈ ਔਰ ਤਕਰੀਬਨ ਰੈਗੂਲਰ ਵੀਵਰ ਵੀ ਹੈ ਸਾਡੀ, ਬਹੁਤ ਪੁਰਾਣੀ ਵੀਵਰ ਹੈ, ਜਦੋਂ ਦਾ ਮੈਂ ਚੈਨਲ ਸਟਾਰਟ ਕੀਤਾ ਉਸ ਟਾਈਮ ਦਾ ਹੀ ਸਾਡੀ ਵੀਵਰ ਹੈ। ਪਿਛਲੇ ਇੱਕ ਮਹੀਨੇ ਤੋਂ ਨਾ ਉਹ ਬਹੁਤ ਜ਼ਿਆਦਾ ਇਸਰਾਰ ਕਰਦੀ ਪਈ, ਹਾਲਾਂਕਿ ਮੈਂ ਤਕਰੀਬਨ ਰਮਜ਼ਾਨ ਤੋਂ ਬਾਅਦ ਨਾ ਇਹ ਚੀਜ਼ ਮੈਂ ਜ਼ਿਹਨ 'ਚ ਕੱਢ ਦਿੱਤੀ ਸੀ, ਮੈਂ ਕਿਹਾ ਵੀ ਹਾਲੇ ਮੈਂ ਨਹੀਂ ਕਰਨੀ ਕਿਉਂਕਿ ਲੋਕ ਗੱਲਾਂ ਕਰਦੇ ਨੇ, ਮੈਂ ਕਿਹਾ ਵੀ ਚਲੋ ਵਕਫੇ ਨਾਲ ਨਾ ਜਦੋਂ ਕੋਈ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ ਤਾਂ ਕਰਾਂਗਾ। ਲੇਕਿਨ ਉਹਨਾਂ ਨੇ ਫਿਰ ਜਿਹੜੀ ਹੁਣ ਮੈਨੂੰ ਹਾਲਤ ਆਪਣੀ ਵਿਖਾਈ ਹੈ ਨਾ, ਯਕੀਨ ਕਰੋ ਮੈਂ ਨਹੀਂ ਰਹਿ ਸਕਦਾ ਸੀ। ਉਹਨਾਂ ਨੇ ਮੈਨੂੰ ਤਸਵੀਰਾਂ ਭੇਜੀਆਂ ਨੇ, ਮੈਂ ਤੁਹਾਨੂੰ ਵਿਖਾਉਣਾ ਵਾ ਸਾਈਡ 'ਤੇ, ਉਹ ਵਾਲੀਆਂ ਤਸਵੀਰਾਂ ਜਦੋਂ ਮੈਂ ਵੇਖੀਆਂ ਇਹਨਾਂ 'ਤੇ, ਮੈਂ ਯਕੀਨ ਕਰੋ ਨਾ ਇੱਕ ਵਾਰੀ ਮੇਰਾ ਹੋਸ਼ ਗੇਟਾ ਨਾ ਗੁੰਮ ਹੋ ਗਿਆ, ਮੈਂ ਕਿਹਾ ਵੀ ਯਾਰ ਇਹ 'ਤੇ ਹੱਕ ਬਣਦਾ ਵਾ। ਅੱਛਾ ਡਾਇਰੈਕਟ ਮੈਂ ਉਹਨਾਂ ਨਾਲ ਕੁਛ ਨਹੀਂ ਕਰ ਸਕਦਾ ਕਿਉਂਕਿ ਮੈਂ ਪਾਕਿਸਤਾਨੀ ਹਾਂ, ਉਹ ਇੰਡੀਅਨ ਹੈ, ਇੰਡੀਅਨ ਟੂ ਪਾਕਿਸਤਾਨ, ਪਾਕਿਸਤਾਨ ਟੂ ਇੰਡੀਆ, ਤੁਹਾਨੂੰ ਪਤਾ ਹੈ ਕਰੰਸੀ ਟ੍ਰਾਂਸਫਰ ਕਰਨਾ ਬਹੁਤ ਔਖਾ ਹੈ ਔਰ ਬਹੁਤ ਹੀ ਮਤਲਬ ਨਾਮੁਮਕਿਨ ਵਾਲੀ ਗੱਲ ਹੈ। ਕੋਈ ਮੇਰਾ ਇੰਡੀਅਨ ਭੈਣ ਭਰਾ ਅਗਰ ਮੈਨੂੰ ਵੇਖਦਾ ਪਿਆ ਬਾਹਰ ਜਾਂ ਇੰਡੀਆ ਵਿੱਚੋਂ ਜਾਂ ਪਾਕਿਸਤਾਨ ਵਿੱਚੋਂ, ਅਗਰ ਕੋਈ ਓਵਰਸੀਜ਼ ਇੰਡੀਅਨ ਜਾਂ ਓਵਰਸੀਜ਼ ਪਾਕਿਸਤਾਨੀ ਅਗਰ ਮੈਨੂੰ ਕੋਈ ਵੇਖ ਰਿਹਾ ਨਾ, ਪਲੀਜ਼ ਮਿਹਰਬਾਨੀ ਹੈ, ਮੇਰਾ ਡਿਸਕ੍ਰਿਪਸ਼ਨ ਵਿੱਚ ਨੰਬਰ ਹੈਗਾ, ਤੁਸੀਂ ਮੇਰੇ ਨਾਲ ਰਾਬਤਾ ਕਰੋਗੇ ਮੈਂ ਤੁਹਾਨੂੰ ਡਾਇਰੈਕਟ ਉਹਦਾ ਨੰਬਰ ਦਿਆਂਗਾ ਕਿਉਂਕਿ ਉਹਦਾ ਨੰਬਰ ਮੈਂ ਪਬਲਿਕ ਨਹੀਂ ਕਰ ਸਕਦਾ, ਸਿਰਫ ਇੱਕ ਅੱਧੀ ਫੈਮਿਲੀ ਨੂੰ ਜਿਨ੍ਹਾਂ ਨੇ ਮੇਰੇ ਨਾਲ ਰਾਬਤਾ ਕਰੇਗੀ ਨਾ, ਜਿਹੜੀ ਫੈਮਿਲੀ ਉਸ ਫੈਮਿਲੀ ਨੂੰ ਮੈਂ ਉਹ ਨੰਬਰ ਜਿਹੜਾ ਨਾ ਦਿਆਂਗਾ, ਉਹ ਫੈਮਿਲੀ ਜਾ ਕੇ ਖੁਦ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਨਾ ਜੀ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਡਾਇਰੈਕਟ ਜਿਹੜਾ ਨਾ ਇੰਡੀਆ ਹੀ ਤੁਸੀਂ ਉਹਨਾਂ ਦੀ ਜਿਹੜੀ ਹੈ ਨਾ ਹੈਲਪ ਕਰਨੀ ਹੈ ਬਾਹਰੋਂ ਬਾਹਰ ਹੀ, ਕਿਉਂਕਿ ਪਾਕਿਸਤਾਨ ਵਿੱਚੋਂ ਕਰੰਸੀ ਭੇਜਣਾ ਇੱਕ ਵਾਰੀ ਮੈਨੂੰ ਆਉਣਗੇ ਪੈਸੇ ਫਿਰ ਮੈਂ ਇੱਥੋਂ ਦਿਆਂਗਾ ਅਤੇ ਉਹ ਬਹੁਤ ਮੁਸ਼ਕਲ ਹੋ ਜਾਏਗਾ ਔਰ ਵੈਸੇ ਵੀ ਜਿਹੜਾ ਨਾਮੁਮਕਿਨਾਤ ਵਿੱਚ ਚੀਜ਼ਾਂ ਜਿਹੜੀਆਂ ਨਾ ਜੀ ਸ਼ਾਮਿਲ ਹੋ ਜਾਂਦੀਆਂ ਨੇ, ਅਤੇ ਇਸ ਵਜ੍ਹਾ ਤੋਂ ਲਾਜ਼ਮੀ ਮਿਹਰਬਾਨੀ ਹੈ, ਜਿੰਨੀ ਵੀ ਤੁਸੀਂ ਸਮਝ ਲਓ ਨਾ ਉਨੀ ਵੱਡੀ ਮਿਹਨਤ ਮੈਂ ਕਰਨਾ ਵਾ। ਮੈਨੂੰ ਪਿਛਲੇ ਇੱਕ ਮਹੀਨੇ ਤੋਂ ਕਾਫੀ ਜ਼ਿਆਦਾ ਇਸਰਾਰ ਕਰਦੀਆਂ ਪਈਆਂ ਨੇ ਅਤੇ ਮੈਂ ਅਵਾਈਡ ਕਰਦਾ ਪਿਆ ਸੀ, ਮੈਂ ਕਿਹਾ ਵੀ ਚਲੋ ਕਰਨੇ ਆ ਥੋੜ੍ਹਾ ਜਿਹਾ ਟਾਈਮ ਜਿਹੜਾ ਨਾ ਗੁਜ਼ਰ ਲਵੇ ਫਿਰ ਕਰਾਂਗੇ, ਔਰ ਵੈਸੇ ਮੈਂ ਮਿਸਤਰੀ ਲਾਏ ਹੋਏ ਨੇ ਅਤੇ ਮੈਂ ਕਿਹਾ ਅਗਰ ਮੈਂ ਇਹ ਚੀਜ਼ ਹੁਣ ਵਿੱਚ ਕਰਾਂਗਾ ਨਾ ਫਿਰ ਸਾਡੇ ਵੇਖਣ ਵਾਲੇ ਕਹਿਣਗੇ ਕਿ ਸ਼ਾਇਦ ਹੋ ਸਕਦਾ ਮਿਸਤਰੀ ਲਾਏ ਨੇ, ਪੈਸਿਆਂ ਦੀ ਕਮੀ ਹੋ ਗਈ ਹੋਏਗੀ ਅਤੇ ਡਰਾਮਾ ਕਰਦਾ ਪਿਆ, ਇਸ ਵਜ੍ਹਾ ਤੋਂ ਮੈਂ ਨਹੀਂ ਸੀ ਕਰਦਾ ਪਿਆ। ਮੈਂ ਉਹਦਾ ਨੰਬਰ ਜਿਹੜਾ ਨਾ ਜੀ ਤੁਹਾਨੂੰ ਦਿਆਂਗਾ, ਤੁਸੀਂ ਡਾਇਰੈਕਟ ਪਹਿਲੇ ਮੇਰੇ ਨਾਲ ਰਾਬਤਾ ਕਰੋ ਵਟਸਐਪ 'ਤੇ, ਫਿਰ ਮੈਂ ਉਹਦਾ ਨੰਬਰ ਜਿਹੜਾ ਨਾ ਜੀ ਸ਼ੇਅਰ ਕਰ ਦਿਆਂਗਾ ਤੁਹਾਡੇ ਨਾਲ, ਤੁਸੀਂ ਡਾਇਰੈਕਟ ਉਹਦੇ ਨਾਲ ਰਾਬਤਾ ਕਰਕੇ ਨਾ ਅਤੇ ਉਹਦੀ ਹੈਲਪ ਕਰ ਦਿਓ। ਉਹਦੇ ਭਾਈ ਦੇ ਨਾ ਬਹੁਤ ਜ਼ਿਆਦਾ ਮਸਲਾ ਹੈ, ਮੈਂ ਤੁਹਾਨੂੰ ਪਿਕਚਰਾਂ ਸਾਈਡ 'ਤੇ ਵਿਖਾ ਰਿਹਾ ਮੈਂ ਦੁਬਾਰਾ ਫਿਰ, ਤੇ ਲਾਜ਼ਮੀ ਬਹੁਤ 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 ਸ਼ੁਕਰੀਆ ਔਰ ਬਹੁਤ 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 ਵੱਡੀ ਜਿਹੜੀ ਹੈ ਨਾ ਜੀ ਮੈਂ ਅਪੀਲ ਕਰਦਾ ਪਿਆ ਵਾਂ, ਮਿਹਰਬਾਨੀ ਹੈ, ਕੋਈ ਵੀ ਓਵਰਸੀਜ਼ ਇੰਡੀਅਨ ਜਾਂ ਓਵਰਸੀਜ਼ ਪਾਕਿਸਤਾਨੀ ਕੋਈ ਵੀ ਮੇਰਾ ਬੈਂਡ ਬਰਾ ਉਸ ਬੈਂਡ ਦੀ ਖਿਦਮਤ ਕਰਨਾ ਚਾਹੁੰਦਾ ਹੈ ਜਾਂ ਉਹਦੀ ਹੈਲਪ ਕਰਨਾ ਚਾਹ ਰਿਹਾ ਹੈ, ਉਹ ਜ਼ਰੂਰ ਕੰਟੈਕਟ ਕਰੇ ਮੇਰੇ ਨਾਲ, ਫਿਰ ਮੈਂ ਨੰਬਰ ਦਿਆਂਗਾ ਉਹਦਾ, ਫਿਰ ਤੁਸੀਂ ਉਹਦੇ ਨਾਲ ਰਾਬਤਾ ਕਰਕੇ ਡਾਇਰੈਕਟ ਉਹਦੀ ਜਿਹੜੀ ਹੈ ਨਾ ਹੈਲਪ ਕਰਨੀ ਹੈ। ਸ਼ਾਮ ਦੀਆਂ ਅਜ਼ਾਨਾਂ ਆਉਂਦੀਆਂ ਪਈਆਂ ਨੇ, ਯਕੀਨ ਕਰੋ ਨਾ ਈਮਾਨ ਵਾਲੀ ਗੱਲ ਹੈ, ਇਹਦੇ ਵਿੱਚ ਇੱਕ ਰੱਤੀ ਬਰਾਬਰ ਵੀ ਜਿਹੜਾ ਨਾ ਕਿਸੇ ਕਿਸਮ ਦਾ ਝੂਠ ਕੋਈ ਨਹੀਂ ਹੈ, ਅਤੇ ਲਾਜ਼ਮੀ ਮਿਹਰਬਾਨੀ ਕਰਨੀ ਹੈ, ਤੁਸੀਂ ਉਸ ਬੈਂਡ ਦੀ ਹੈਲਪ ਜ਼ਰੂਰ ਕਰਨੀ ਆ, ਥੋੜ੍ਹੀ ਬਹੁਤ ਜਿਤਨੀ ਵੀ ਹੋ ਸਕੇ ਨਾ ਉਸ ਬੈਂਡ ਦੀ ਹੈਲਪ ਲਾਜ਼ਮੀ ਕਰਨੀ ਹੈ।